ਪਾਕਿਸਤਾਨ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਪੀਡੀਪੀ ਮੁਰਦਾਬਾਦ, ਪੀਡੀਪੀ ਮੁਰਦਾਬਾਦ। ਦੇਸ਼ ਵਿਰੋਧੀ ਜਿਹੜੇ ਲੋਕ ਹੈ ਨਾ, ਉਹਦੇ ਪਰ ਕੜੀ ਕਾਰਵਾਈ ਹੋਣੀ ਚਾਹੀਦੀ। ਮੈਂ ਆਖਾਂ ਇਹਦੇ ਪਰ ਇਹਨੇ ਅਗਰ ਜਿਨ ਇੰਨਾ ਪਿਆਰ ਹੈ, ਇਹਨੇ ਹੀ ਪਾਕਿਸਤਾਨ ਭੇਜੀ ਹੋਣਾ ਚਾਹੀਦਾ, ਮਹਿਬੂਬਾ ਮੁਫਤੀ ਪਾਕਿਸਤਾਨ ਭੇਜੀ ਹੋਣਾ ਚਾਹੀਦਾ। ਅਸ ਸਾਫ਼ ਸਾਫ਼ ਚੇਤਾਵਨੀ ਦਿੰਦੇ ਹਾਂ, ਅਗਰ ਐਸੀ ਕੋਈ ਗੱਲ ਹੋਈ ਇਹਨੇ ਬੰਦੇ ਅਗਰ ਛੋੜਿਆ ਗਿਆ ਜਾਂ ਰਿਹਾ ਦਿੱਤੀ ਗਈ ਕਿਸੇ ਵੀ ਸਰਕਾਰ ਦੇ ਖਿਲਾਫ਼, ਅਸ ਉਹਦੇ ਖਿਲਾਫ਼ ਵੀ ਨਾਅਰੇਬਾਜ਼ੀ ਕਰਕੇ ਔਰ ਆਪਣਾ ਪ੍ਰਦਰਸ਼ਨ ਜਾਰੀ ਰੱਖੇ। ਅੱਜ ਕਿਉਂ ਨਹੀਂ ਪੂਰੇ ਜੰਮੂ ਕਸ਼ਮੀਰ ਵਿੱਚ ਪ੍ਰੋਟੈਸਟ ਹੋਇਆ ਕਿਸੇ ਵੀ ਪਾਰਟੀ ਤਰਫੋਂ? ਕੁਛ ਲੋਕ ਪਹਿਲਾਂ ਇੱਥੇ ਵੀ ਅਗਲੇ ਦਿਨ ਥੋੜ੍ਹੇ ਪ੍ਰੋਟੈਸਟ ਕਰਾ ਦੇ, ਉਹਨੇ ਕੀ ਨਹੀਂ ਅੱਜ ਪ੍ਰੋਟੈਸਟ ਕੀਤਾ, ਕਿਉਂਕਿ ਉਹਨੇ ਇਹਦੇ ਕੰਨਾ 2014 ਵਿੱਚ ਸਰਕਾਰ ਬਣਾਈ ਸੀ, ਉਹ ਲੋਕ ਤਾਂ ਨਹੀਂ ਅੱਜ ਪ੍ਰੋਟੈਸਟ ਕਰਾ ਦੇ ਹੈ। ਭਾਰਤ ਸਰਕਾਰ ਕੰਨੇ ਆਸ, ਭਾਰਤ ਸਰਕਾਰ ਜਿਹੜਾ ਵੀ ਫੈਸਲਾ ਇਹਦੇ ਖਿਲਾਫ਼ ਲੈ, ਅਸ ਉਹਦੇ ਕੰਨੇ ਆ, ਔਰ ਐਸਾ ਜਿਹੜਾ ਇਹਨੇ ਲੈਟਰ ਲਿਖਿਆ ਅਸ ਉਹਦਾ ਪੂਰਾ ਵਿਰੋਧ ਕਰਨੇ ਆ। ਪਾਕਿਸਤਾਨ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਪੀਡੀਪੀ ਮੁਰਦਾਬਾਦ, ਪੀਡੀਪੀ ਮੁਰਦਾਬਾਦ, ਪੀਡੀਪੀ ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ, ਪੀਡੀਪੀ ਮੁਰਦਾਬਾਦ, ਪੀਡੀਪੀ ਮੁਰਦਾਬਾਦ। ਸਰ ਪ੍ਰੋਟੈਸਟ ਪੀਡੀਪੀ ਦੇ ਖਿਲਾਫ਼ ਤਾਂ ਕਰਦੇ ਹਾਂ, ਮਹਿਬੂਬਾ ਮੁਫਤੀ ਦੇ ਖਿਲਾਫ਼ ਤਾਂ ਕਰਦੇ ਹਾਂ ਕਿ ਮਹਿਬੂਬਾ ਮੁਫਤੀ ਨੇ ਇੱਕ ਜਿਹੜਾ ਲੈਟਰ ਲਿਖਿਆ, ਜਿਹੜੇ 78 ਇੰਪਲਾਏ ਜਾਂ ਲੋਕ ਇਹ ਜਿਹੜੇ ਡਾਇਰੈਕਟਲੀ ਇਨਡਾਇਰੈਕਟਲੀ ਆਤੰਕਵਾਦ ਦੀ ਸਪੋਰਟ ਕਰਨੇ ਵਿੱਚ ਜਿਹੜੇ ਇਨਵਾਲਵਮੈਂਟ ਸੀ, ਜੁਣੇ ਮੁਲਾਜ਼ਮੇ ਦੀ ਜਾਂ ਜੁਣੇ ਲੋਕੇ ਦੀ, ਉਹਨੇ ਹੀ ਇੱਕ ਲੈਟਰ ਲਿਖਿਆ ਮਹਿਬੂਬਾ ਮੁਫਤੀ ਨੇ ਇਹਦਾ ਉਮਰ ਅਬਦੁੱਲਾ ਸਾਹਿਬ ਦੀ, ਔਰ ਉਹਦੇ 'ਤੇ ਆਖਿਆ ਕਿ ਇਹਦੇ ਪਰ ਰਿਆਇਤ ਕੀਤੀ ਜਾ, ਇਹਦੇ ਪਰ ਇਹਨੇ ਹੀ ਉਹ ਦਿੱਤੀ ਆ ਰਿਆਤ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਉਹਦੇ ਪਰ ਲੋਕਾਂ ਪਰ ਕੜੀ ਕਾਰਵਾਈ ਹੋਣੀ ਚਾਹੀਦੀ, ਕਿਉਂਕਿ ਦੇਸ਼ ਵਿਰੋਧੀ ਜਿਹੜੇ ਲੋਕ ਹੈ ਨਾ, ਉਹਦੇ ਪਰ ਕੜੀ ਕਾਰਵਾਈ ਹੋਣੀ ਚਾਹੀਦੀ। ਮੈਂ ਆਖਾਂ ਇਹਦੇ ਪਰ ਇਹਨੇ ਅਗਰ ਜਿਨ ਇੰਨਾ ਪਿਆਰ ਹੈ, ਇਹਨੇ ਹੀ ਪਾਕਿਸਤਾਨ ਭੇਜੀ ਹੋਣਾ ਚਾਹੀਦਾ, ਮਹਿਬੂਬਾ ਮੁਫਤੀ ਪਾਕਿਸਤਾਨ ਭੇਜੀ ਹੋਣਾ ਚਾਹੀਦਾ। ਕਿਉਂਕਿ ਅਗਰ ਤੁਸੀਂ ਇੰਨਾ ਪਿਆਰ ਹੈ ਤਾਂ ਤੁਸੀਂ ਇੱਥੇ ਕਹਿ ਲਈ ਸਾਡੇ ਇੱਥੇ ਹਿੰਦੁਸਤਾਨ ਵਿੱਚ ਰੁਆ ਦਿਓ। ਅਗਰ ਤੁਸੀਂ ਉਹਨੇ ਲੋਕਾਂ ਕੇ ਚਾਹੀਦਾ ਹੈ ਤਾਂ ਉਹਦੇ ਲੋਕਾਂ ਕੋਲ ਕੇ ਜਾਓ, ਠੀਕ ਹੈ। ਅਸ ਬਿਲਕੁਲ ਇਹਦੇ ਖਿਲਾਫ਼ ਹਾਂ ਸਰ, ਔਰ ਭਾਰਤ ਦੀ ਜਿਹੜੇ ਕਮਜ਼ੋਰ ਕਰਨੇ ਦੇ ਇਹਨੇ ਲੋਕ ਜਿਹੜੇ ਆ ਜ਼ਿੰਮੇਵਾਰ ਹੈ, ਕਿਉਂਕਿ ਜੁਣੇ ਵੀ ਲੋਕਾਂ ਇਹਦਾ ਸਾਥ ਦਿੱਤੇ ਦਾ ਉਗਰਵਾਦੀਆਂ ਦਾ, ਉਹਦੇ ਉੱਪਰ ਕੜੀ ਕਾਰਵਾਈ ਹੋਣੀ ਚਾਹੀਦੀ। ਇਹ ਸਾਡੇ ਸਿਕਿਉਰਿਟੀ ਫੋਰਸਿਸ ਦਾ ਮਨੋਬਲ ਡਿਗਾਣੇ ਵਾਲੀ ਗੱਲ ਹੈ। ਸਾਡੇ ਜਿਹੜੇ ਆਰਮੀ ਦੇ ਜਵਾਨ, ਸਾਡੀ ਸਿਕਿਉਰਿਟੀ ਫੋਰਸਿਸ, ਅਸ ਉਹਦੇ ਕੰਨਾਂ ਖੜੋਤੇ ਦਿਆਂ, ਅਸ ਰਾਸ਼ਟਰ ਭਗਤ ਲੋਕ ਹਾਂ। ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਭਾਰਤ ਮਾਤਾ ਕੀ। ਅਸ ਸਾਫ਼ ਸਾਫ਼ ਚੇਤਾਵਨੀ ਦਿੰਦੇ ਹਾਂ, ਅਗਰ ਐਸੀ ਕੋਈ ਗੱਲ ਹੋਈ ਇਹਨੇ ਬੰਦੇ ਅਗਰ ਛੋੜਿਆ ਗਿਆ ਜਾਂ ਰਿਹਾ ਦਿੱਤੀ ਗਈ ਕਿਸੇ ਵੀ ਸਰਕਾਰ ਦੇ ਖਿਲਾਫ਼, ਅਸ ਉਹਦੇ ਖਿਲਾਫ਼ ਵੀ ਨਾਅਰੇਬਾਜ਼ੀ ਕਰਕੇ ਔਰ ਆਪਣਾ ਪ੍ਰਦਰਸ਼ਨ ਜਾਰੀ ਰੱਖੇ। ਕਿਉਂਕਿ ਇਹ ਲੋਕ ਸਾਡੇ ਰਾਸ਼ਟਰ ਦੀ, ਹਿੰਦੁਸਤਾਨ ਦੀ ਕਮਜ਼ੋਰ ਕਰਨੇ ਵਾਲੀ ਗੱਲਾਂ ਕਰਦੇ ਆ। ਐਸੇ ਲੋਕਾਂ ਪਰ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ। ਜਿਹੜੇ ਲੋਕ ਰਾਸ਼ਟਰ ਵਿਰੋਧੀ ਤਾਕਤਾਂ ਦੀ ਸਪੋਰਟ ਕਰਾਦੇ ਆ, ਇਹਦੇ ਪਰ ਕੜੀ ਕਾਰਵਾਈ ਹੋਣੀ ਚਾਹੀਦੀ। ਔਰ ਮੈਂ ਪੁੱਛਣਾ ਚਾਹੁੰਦਾ, ਅੱਜ ਕਿਉਂ ਨਹੀਂ ਪੂਰੇ ਜੰਮੂ ਕਸ਼ਮੀਰ ਵਿੱਚ ਪ੍ਰੋਟੈਸਟ ਹੋਇਆ ਕਿਸੇ ਵੀ ਪਾਰਟੀ ਤਰਫੋਂ? ਕੁਛ ਲੋਕ ਪਹਿਲਾਂ ਇੱਥੇ ਵੀ ਅਗਲੇ ਦਿਨ ਥੋੜ੍ਹੇ ਪ੍ਰੋਟੈਸਟ ਕਰਾ ਦੇ, ਉਹਨੇ ਕੀ ਨਹੀਂ ਅੱਜ ਪ੍ਰੋਟੈਸਟ ਕੀਤਾ, ਕਿਉਂਕਿ ਉਹਨੇ ਇਹਦੇ ਕੰਨਾ 2014 ਵਿੱਚ ਸਰਕਾਰ ਬਣਾਈ ਸੀ, ਉਹ ਲੋਕ ਤਾਂ ਨਹੀਂ ਅੱਜ ਪ੍ਰੋਟੈਸਟ ਕਰਾ ਦੇ ਆ ਕਿ ਉਹਨੇ ਲੋਕਾਂ PDP ਕਹਿੰਦਾ ਸਰਕਾਰ ਬਣਾਏ ਦੇ, ਉਹਦੀ ਗੋਦੀ 'ਚ ਜਾਈਏ ਬੈਠੇ ਦੇ ਹੋ ਲਓ। ਆਹ ਚਾਹੁੰਦੇ ਹਾਂ ਕਿ ਐਸੇ ਲੋਕ ਜਿਹੜੇ, ਕਿਉਂਕਿ ਹੁਣ ਤਾਂ ਇਹਨੇ ਕਰਨਾ ਗਿਆ ਇਹ ਲੋਕਾਂ ਬੇਵਕੂਫ ਬਣਾ ਦੇ। ਆਹ ਚਾਹੁੰਦੇ ਹਾਂ ਕਿ ਐਸੇ ਲੋਕਾਂ ਵਰ ਜੁਣੇ
ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਬਿੰਦ ਵੀ ਇਨਵਾਲਵਮੈਂਟ ਲੱਭਦੀ ਹੈ, ਚਾਹੇ ਉਹ ਕੋਈ ਮੁਲਾਜ਼ਮ ਹੋਵੇ, ਚਾਹੇ ਉਹ ਬਿਜ਼ਨਸਮੈਨ ਹੋਵੇ, ਚਾਹੇ ਉਹ ਜਿੱਡਾ ਮਰਜ਼ੀ ਨੇਤਾ ਹੋਵੇ, ਉਹਦੇ ਪਰ ਕਾਰਵਾਈ ਹੋਣੀ ਚਾਹੀਦੀ ਸਖ਼ਤ ਕੋਲਾ ਸਖ਼ਤ। ਔਰ ਭਾਰਤ ਸਰਕਾਰ ਕੰਨੇ ਆਸ, ਭਾਰਤ ਸਰਕਾਰ ਜਿਹੜਾ ਵੀ ਫੈਸਲਾ ਇਹਦੇ ਖਿਲਾਫ਼ ਲੈ, ਅਸ ਉਹਦੇ ਕੰਨੇ ਹਾਂ। ਔਰ ਐਸਾ ਜਿਹੜਾ ਇਹਨੇ ਲੈਟਰ ਲਿਖਿਆ, ਅਸ ਉਹਦਾ ਪੂਰਾ ਵਿਰੋਧ ਕਰਨੇ ਆ। PDP ਮੁਰਦਾਬਾਦ, PDP ਮੁਰਦਾਬਾਦ, ਮਹਿਬੂਬਾ ਮੁਫਤੀ ਮੁਰਦਾਬਾਦ, ਮਹਿਬੂਬਾ